ਇੱਕ ਢਾਬੇ ਜਦੋਂ ਹਾਹਾਕਾਰ ਮੱਚ ਗਈ ਜਦੋਂ ਪਾਰਕਿੰਗ ਚੋਂ ਗੱਡੀ ਕੱਢਦੀ ਔਰਤ ਨੇ ਕਾਰ ਹੀ ਢਾਬੇ ਚ ਵਾੜ ਦਿੱਤੀ, ਜਿੱਥੇ ਬ੍ਰੇਕ ਦੀ ਥਾਂ ਇਸ ਔਰਤ ਨੇ ਰੇਸ ਦੱਬ ਦਿੱਤੀ ਤੇ ਗੱਡੀ ਸਣੇ ਇਸ ਢਾਬੇ ਚ ਜਾ ਵੜੀ, ਜਿਸ ਕਰਕੇ ਉੱਥੇ ਬੈਠੇ ਰੋਟੀ ਖਾਂਦੇ ਲੋਕ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ ਨੇ, ਦਰੜੇ ਗਏ ਨੇ। ਤਸਵੀਰਾਂ ਦੇਖੋ, ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿ ਜੋ ਇਹ ਔਰਤ ਹੈ ਗੱਡੀ ਚਲਾ ਰਹੀ ਹੈ, ਪਾਰਕਿੰਗ ਦੇ ਵਿੱਚੋਂ ਗੱਡੀ ਕੱਢਣੀ ਸੀ, ਰੇਸ ਦੀ ਥਾਂ ਬ੍ਰੇਕ ਦੱਬਣੀ ਸੀ ਪਰ ਰੇਸ ਦੱਬੀ ਗਈ ਤੇ ਇਸੇ ਵਿਚਾਲੇ ਇੱਕ ਕਾਰ ਬੇਕਾਬੂ ਹੋਈ ਤੇ ਢਾਬੇ ਦੇ ਅੰਦਰ ਜਾ ਵੜੀ, ਉਹ ਵੀ ਉੱਥੇ ਜਿੱਥੇ ਗਾਹਕ ਬੈਠੇ ਰੋਟੀ ਖਾ ਰਹੇ ਸਨ। ਤਸਵੀਰਾਂ ਨੇ ਮੋਹਾਲੀ ਦੀਆਂ, ਮੋਹਾਲੀ ਦੇ ਫੇਸ 10 ਦੇ ਵਿੱਚ ਢਾਬਾ ਆ ਤੇ ਢਾਬੇ ਦੇ ਬਾਹਰ ਪਾਰਕਿੰਗ ਦੇ ਵਿੱਚ ਔਰਤ ਨੇ ਗੱਡੀ ਲਗਾਈ ਹੋਈ ਸੀ ਤੇ ਗੱਡੀ ਕੱਢਣ ਲੱਗਿਆ ਔਰਤ ਤੋਂ ਗੱਡੀ ਸਾਂਭੀ ਨਹੀਂ ਗਈ, ਬ੍ਰੇਕ ਦੀ ਥਾਂ ਤੇ ਰੇਸ ਦੱਬ ਦਿੱਤੀ ਤੇ ਫਿਰ ਕਾਰ ਸਣੇ ਹੀ ਇਹ ਢਾਬੇ 'ਚ ਜਾ ਵੜੀ, ਜਿਸ ਕਰਕੇ ਉੱਥੇ ਟੇਬਲ ਤੇ ਆਪਣੇ ਖਾਣੇ ਦਾ ਇੰਤਜ਼ਾਰ ਕਰਦੇ ਲੋਕ ਜੋ ਬੈਠੇ ਹੋਏ ਸਨ ਉਹ ਵੀ ਬੁਰੀ ਤਰ੍ਹਾਂ ਦਰੜੇ ਗਏ। ਟੇਬਲ ਤੋਂ ਲੈ ਕੇ ਕੁਰਸੀਆਂ ਸਭ ਕੁਝ ਤੋੜ ਦਿੱਤਾ ਅਤੇ ਬਿਲਕੁਲ ਜਿੱਥੇ ਕੈਸ਼ ਕਾਊਂਟਰ ਹੈ ਉੱਥੋਂ ਤੱਕ ਇਹ ਕਾਰ ਪਹੁੰਚ ਗਈ। ਇੱਥੇ ਹੀ ਵਿਚਾਲੇ ਕਸਟਮਰ ਬੈਠੇ ਹੋਏ ਸਨ, ਗਾਹਕ ਬੈਠੇ ਸਨ ਜੋ ਲੋਕ ਆਪਣੇ ਖਾਣੇ ਦਾ ਇੰਤਜ਼ਾਰ ਕਰ ਰਹੇ ਸਨ, ਤਾਂ ਇਸੇ ਦੌਰਾਨ ਹੀ ਅਚਾਨਕ ਇਹ ਕਾਰ ਬੇਕਾਬੂ ਹੋਈ, ਤੇਜ਼ ਰਫ਼ਤਾਰ ਦੇ ਨਾਲ ਉਹਨਾਂ ਵੱਲ ਆਈ ਅਤੇ ਦੇਖੋ ਕਿਵੇਂ ਇੱਕ ਕੁਰਸੀ ਤੇ ਬੈਠਾ ਹੋਇਆ ਸ਼ਖਸ ਵੀ ਜ਼ਮੀਨ ਤੇ ਜਾ ਡਿੱਗਿਆ, ਜਦਕਿ ਬਾਕੀ ਲੋਕ ਭੱਜ ਕੇ ਜਾਨ ਬਚਾਉਂਦੇ ਨਜ਼ਰ ਆਏ ਨੇ। ਸੋ ਇਹ ਕਿਹਾ ਜਾ ਰਿਹਾ ਹੈ ਕਿ ਕਾਰ ਇੱਕ ਔਰਤ ਦੇ ਵੱਲੋਂ ਚਲਾਈ ਜਾ ਰਹੀ ਸੀ, ਜਿਸ ਨੇ ਲਗਾਉਣੀ ਤਾਂ ਬ੍ਰੇਕ ਸੀ ਪਰ ਰੇਸ ਦੱਬ ਦਿੱਤੀ, ਜਿਸ ਕਰਕੇ ਕਾਰ ਬੇਕਾਬੂ ਹੋ ਗਈ ਤੇ ਢਾਬੇ ਦੇ ਅੰਦਰ ਜਾ ਵੜੀ। ਇੱਕ ਪਾਸੇ ਤਾਂ ਜਿੱਥੇ ਕੈਸ਼ ਕਾਊਂਟਰ ਹੈ, ਦੂਜੇ ਪਾਸੇ ਜਿੱਥੇ ਖਾਣਾ ਬਣਿਆ ਹੋਇਆ ਰੱਖਿਆ ਗਿਆ ਹੈ, ਤਾਂ ਉੱਧਰ ਹੀ ਕਸਟਮਰ ਜੋ ਟੇਬਲ ਕੁਰਸੀਆਂ ਤੇ ਬੈਠ ਕੇ ਇੰਤਜ਼ਾਰ ਕਰ ਰਹੇ ਸਨ ਆਪਣੇ ਆਰਡਰ ਦਾ, ਖਾਣੇ ਦਾ, ਤਾਂ ਇਸੇ ਵਿਚਾਲੇ ਹੀ ਬੜੀ ਤੇਜ਼ ਰਫ਼ਤਾਰ ਦੇ ਨਾਲ ਇਹ ਔਰਤ ਕਾਰ ਸਣੇ ਇਸ ਢਾਬੇ 'ਚ ਜਾ ਵੜਦੀ ਹੈ। ਇੱਥੇ ਢਾਬੇ ਦਾ ਤੇ ਨੁਕਸਾਨ ਹੋਇਆ ਪਰ ਕਈ ਲੋਕ ਜ਼ਖਮੀ ਵੀ ਹੋਏ ਨੇ, ਗਨੀਮਤ ਰਹੀ ਹੈ ਕਿ ਕਿਸੇ ਦੀ ਜਾਨ ਨਹੀਂ ਗਈ। ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਸਾਰਾ ਮੰਜ਼ਰ ਕੈਦ ਹੋ ਗਿਆ ਕਿ ਕਿਵੇਂ ਇੱਕ ਔਰਤ ਤੋਂ ਇੱਕ ਕਾਰ ਸਾਂਭੀ ਨਹੀਂ ਗਈ, ਬੇਕਾਬੂ ਹੋ ਗਈ ਅਤੇ ਉਹ ਤੇਜ਼ ਰਫ਼ਤਾਰ ਕਾਰ ਲੈ ਕੇ ਹੀ ਢਾਬੇ ਦੇ ਅੰਦਰ ਵੜ ਗਈ। ਢਾਬੇ ਜਦੋਂ ਹਾਹਾਕਾਰ ਮੱਚ ਗਈ ਜਦੋਂ ਪਾਰਕਿੰਗ ਚੋਂ ਗੱਡੀ ਕੱਢਦੀ ਔਰਤ ਨੇ ਕਾਰ ਹੀ ਢਾਬੇ ਚ ਵਾੜ ਦਿੱਤੀ, ਜਿੱਥੇ ਬ੍ਰੇਕ ਦੀ ਥਾਂ ਇਸ ਔਰਤ ਨੇ ਰੇਸ ਦੱਬ ਦਿੱਤੀ ਤੇ ਗੱਡੀ ਸਣੇ ਇਸ ਢਾਬੇ ਚ ਜਾ ਵੜੀ, ਜਿਸ ਕਰਕੇ ਉੱਥੇ ਬੈਠੇ ਰੋਟੀ ਖਾਂਦੇ ਲੋਕ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ ਨੇ, ਦਰੜੇ ਗਏ ਨੇ। ਤਸਵੀਰਾਂ ਦੇਖੋ, ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਨਜ਼ਰ ਆ ਰਿਹਾ ਹੈ ਕਿ ਜੋ ਇਹ ਔਰਤ ਹੈ ਗੱਡੀ ਚਲਾ ਰਹੀ ਹੈ, ਪਾਰਕਿੰਗ ਦੇ ਵਿੱਚੋਂ ਗੱਡੀ ਕੱਢਣੀ ਸੀ, ਰੇਸ ਦੀ ਥਾਂ ਬ੍ਰੇਕ ਦੱਬਣੀ ਸੀ ਪਰ ਰੇਸ ਦੱਬੀ ਗਈ ਤੇ ਇਸੇ ਵਿਚਾਲੇ ਇੱਕ ਕਾਰ ਬੇਕਾਬੂ ਹੋਈ ਤੇ ਢਾਬੇ ਦੇ ਅੰਦਰ ਜਾ ਵੜੀ, ਉਹ ਵੀ ਉੱਥੇ ਜਿੱਥੇ ਗਾਹਕ ਬੈਠੇ ਰੋਟੀ ਖਾ ਰਹੇ ਸਨ। ਤਸਵੀਰਾਂ ਨੇ ਮੋਹਾਲੀ ਦੀਆਂ, ਮੋਹਾਲੀ ਦੇ ਫੇਸ 10 ਦੇ ਵਿੱਚ ਢਾਬਾ ਆ ਤੇ ਢਾਬੇ ਦੇ ਬਾਹਰ ਪਾਰਕਿੰਗ ਦੇ ਵਿੱਚ ਔਰਤ ਨੇ ਗੱਡੀ ਲਗਾਈ ਹੋਈ ਸੀ ਤੇ ਗੱਡੀ ਕੱਢਣ ਲੱਗਿਆ ਔਰਤ ਤੋਂ ਗੱਡੀ ਸਾਂਭੀ ਨਹੀਂ ਗਈ, ਬ੍ਰੇਕ ਦੀ ਥਾਂ ਤੇ ਰੇਸ ਦੱਬ ਦਿੱਤੀ ਤੇ ਫਿਰ ਕਾਰ ਸਣੇ ਹੀ ਇਹ ਢਾਬੇ 'ਚ ਜਾ ਵੜੀ, ਜਿਸ ਕਰਕੇ ਉੱਥੇ ਟੇਬਲ ਤੇ ਆਪਣੇ ਖਾਣੇ ਦਾ ਇੰਤਜ਼ਾਰ ਕਰਦੇ ਲੋਕ ਜੋ ਬੈਠੇ ਹੋਏ ਸਨ ਉਹ ਵੀ ਬੁਰੀ ਤਰ੍ਹਾਂ ਦਰੜੇ ਗਏ। ਟੇਬਲ ਤੋਂ ਲੈ ਕੇ ਕੁਰਸੀਆਂ ਸਭ ਕੁਝ ਤੋੜ ਦਿੱਤਾ ਅਤੇ ਬਿਲਕੁਲ ਜਿੱਥੇ ਕੈਸ਼ ਕਾਊਂਟਰ ਹੈ ਉੱਥੋਂ ਤੱਕ ਇਹ ਕਾਰ ਪਹੁੰਚ ਗਈ। ਇੱਥੇ ਹੀ ਵਿਚਾਲੇ ਕਸਟਮਰ ਬੈਠੇ ਹੋਏ ਸਨ, ਗਾਹਕ ਬੈਠੇ ਸਨ ਜੋ ਲੋਕ ਆਪਣੇ ਖਾਣੇ ਦਾ ਇੰਤਜ਼ਾਰ ਕਰ ਰਹੇ ਸਨ, ਤਾਂ ਇਸੇ ਦੌਰਾਨ ਹੀ ਅਚਾਨਕ ਇਹ ਕਾਰ ਬੇਕਾਬੂ ਹੋਈ, ਤੇਜ਼ ਰਫ਼ਤਾਰ ਦੇ ਨਾਲ ਉਹਨਾਂ ਵੱਲ ਆਈ ਅਤੇ ਦੇਖੋ ਕਿਵੇਂ ਇੱਕ ਕੁਰਸੀ ਤੇ ਬੈਠਾ ਹੋਇਆ ਸ਼ਖਸ ਵੀ ਜ਼ਮੀਨ ਤੇ ਜਾ ਡਿੱਗਿਆ, ਜਦਕਿ ਬਾਕੀ ਲੋਕ ਭੱਜ ਕੇ ਜਾਨ ਬਚਾਉਂਦੇ ਨਜ਼ਰ ਆਏ ਨੇ।
ਸੋ ਇਹ ਕਿਹਾ ਜਾ ਰਿਹਾ ਹੈ ਕਿ ਕਾਰ ਇੱਕ ਔਰਤ ਦੇ ਵੱਲੋਂ ਚਲਾਈ ਜਾ ਰਹੀ ਸੀ, ਜਿਸ ਨੇ ਲਗਾਉਣੀ ਤਾਂ ਬ੍ਰੇਕ ਸੀ ਪਰ ਰੇਸ ਦੱਬ ਦਿੱਤੀ, ਜਿਸ ਕਰਕੇ ਕਾਰ ਬੇਕਾਬੂ ਹੋ ਗਈ ਤੇ ਢਾਬੇ ਦੇ ਅੰਦਰ ਜਾ ਵੜੀ। ਇੱਕ ਪਾਸੇ ਤਾਂ ਜਿੱਥੇ ਕੈਸ਼ ਕਾਊਂਟਰ ਹੈ, ਦੂਜੇ ਪਾਸੇ ਜਿੱਥੇ ਖਾਣਾ ਬਣਿਆ ਹੋਇਆ ਰੱਖਿਆ ਗਿਆ ਹੈ, ਤਾਂ ਉੱਧਰ ਹੀ ਕਸਟਮਰ ਜੋ ਟੇਬਲ ਕੁਰਸੀਆਂ ਤੇ ਬੈਠ ਕੇ ਇੰਤਜ਼ਾਰ ਕਰ ਰਹੇ ਸਨ ਆਪਣੇ ਆਰਡਰ ਦਾ, ਖਾਣੇ ਦਾ। ਤਾਂ ਇਸੇ ਵਿਚਾਲੇ ਹੀ ਬੜੀ ਤੇਜ਼ ਰਫਤਾਰ ਦੇ ਨਾਲ ਇਹ ਔਰਤ ਕਾਰ ਸਣੇ ਇਸ ਢਾਬੇ 'ਚ ਜਾ ਵੜਦੀ ਹੈ। ਇੱਥੇ ਢਾਬੇ ਦਾ ਤੇ ਨੁਕਸਾਨ ਹੋਇਆ ਪਰ ਕਈ ਲੋਕ ਜ਼ਖਮੀ ਵੀ ਹੋਏ ਨੇ। ਗਨੀਮਤ ਰਹੀ ਹੈ ਕਿ ਕਿਸੇ ਦੀ ਜਾਨ ਨਹੀਂ ਗਈ। ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹ ਸਾਰਾ ਮੰਜ਼ਰ ਕੈਦ ਹੋ ਗਿਆ ਕਿ ਕਿਵੇਂ ਇੱਕ ਔਰਤ ਤੋਂ ਇਹ ਕਾਰ ਸਾਂਭੀ ਨਹੀਂ ਗਈ, ਬੇਕਾਬੂ ਹੋ ਗਈ ਅਤੇ ਉਹ ਤੇਜ਼ ਰਫਤਾਰ ਕਾਰ ਲੈ ਕੇ ਹੀ ਢਾਬੇ ਦੇ ਅੰਦਰ ਵੜ ਗਈ।